ਕਿਹਨੇ ਭੇਜਿਆ? ਸੁਣਿਆ ਤੁਹਾਨੂੰ ਤਲਬ ਹੋ ਰਹੀ। ਦੇਖੋ ਤਲਬ ਤੇ ਹੋ ਰਹੀ, ਲੇਕਿਨ ਮੈਂ ਹੁਣ ਕਿਹਾ ਸੀ ਕਿ ਮੁੰਡੇ ਨੂੰ ਕਾਲੋ ਨੇ ਸਾਈ ਲੋਕ ਕਾਲਤਾ। ਤੇਰਾ ਹੁਣ ਮੁੰਡਿਆਂ ਨਾਲ ਕੋਈ ਕੰਮ ਨਹੀਂ, ਤੈਨੂੰ ਹੁਣ ਸਾਈ ਚਾਹੀਦਾ। ਮੁੰਡਿਆਂ ਨਾਲ ਪਾਰ ਕਰ ਰਹੀ ਹੈ ਤੂੰ ਸਫ਼ਰ, ਤੈਨੂੰ ਸਾਈ ਚਾਹੀਦਾ ਜਿਹੜਾ ਤੇਰੀ ਸਾਈ ਸਾਈ ਕਰਾ ਦੇਵੇ। ਅਸੀਂ ਤੈਨੂੰ ਪਿਆਰ ਨਹੀਂ ਕਰਦੇ। ਕੀ ਗੱਲ ਹੈ, ਸਾਈ ਲੋਕਾਂ ਨੂੰ ਕੁਛ ਪਤਾ ਨਹੀਂ ਹੁੰਦਾ, ਇਸ ਲਈ ਮੈਨੂੰ ਯਾਦ ਆ, ਬੜਾ ਪਤਾ ਹੈ ਵਿਆਹ ਦਾ, ਸਾਰਾ ਪਤਾ ਹੈ। ਹਾਂਜੀ ਕੀ ਪਤਾ ਹੈ ਸਾਰਾ ਵਿਆਹ ਕੀ ਹੁੰਦਾ? ਹਾਂਜੀ ਦੇ ਮੇਰੀ ਗੱਲ ਸੁਣ, ਵਿਆਹ ਦੇ ਬਾਰੇ ਚ ਮੈਨੂੰ ਵੀ ਕੁਛ ਪਤਾ ਹੈ। ਹਾਂਜੀ ਮੈਂ ਤੁਹਾਨੂੰ ਦੱਸ ਦੇਣੀ ਆ, ਉਸ ਤੋਂ ਅੱਗੇ ਤੂੰ ਮੈਨੂੰ ਦੱਸ ਦੇ। ਹਾਂਜੀ ਮੈਨੂੰ ਜਿੰਨੀ ਇਨਫੋਰਮੇਸ਼ਨ ਹੈ ਉਹ ਮੈਂ ਤੁਹਾਨੂੰ ਦੱਸ ਦੇਣੀ ਆ। ਅੱਛਾ ਜੀ, ਮੈਨੂੰ ਇਹ ਪਤਾ ਹੈ ਕਿ ਕੁੜੀ ਦਾ ਹੁੰਦਾ ਰਿਸ਼ਤਾ ਮੰਗਣੀ ਹੁੰਦੀ, ਮੰਗਣੀ ਤੋਂ ਬਾਅਦ ਹੁੰਦੀ ਉਹਦੀ ਵਿਆਹ ਦੀ ਡੇਟ ਫਿਕਸ, ਉਸ ਤੋਂ ਬਾਅਦ ਉਹਦੀ ਉਹਦੀ ਰੁਕਸਤੀ, ਰੁਕਸਤੀ ਹੋਣ ਤੋਂ ਬਾਅਦ ਉਹ ਆਪਣੀ ਸਹੁਰਿਆਂ ਦੇ ਘਰ ਸਹੁਰਿਆਂ ਨੂੰ ਬਣਾਉਂਦੇ ਨੇ ਸੇਜ ਦੇ ਉੱਤੇ, ਸੇਜ ਦਵਾਈ ਲਈ ਥੋੜ੍ਹੀ ਦੇਰ ਬਾਅਦ ਮੁੰਡਾ ਆਉਂਦਾ ਕਮਰੇ 'ਚ ਦਵੇ ਕਦਮਾਂ ਦੇ ਨਾਲ, ਔਰ ਕੁੜੀ ਦਾ ਦਿਲ ਧੜਕਣਾ ਸ਼ੁਰੂ ਹੁੰਦਾ। ਮੁੰਡਾ ਆਉਂਦਾ ਕੁੜੀ ਦੇ ਕੋਲ ਸੇਜ ਤੇ ਬਹਿੰਦਾ, ਉਹਦਾ ਘੁੰਡ ਚੁੱਦਾ, ਮੂੰਹ ਦਿਖਾਈ ਦਿੰਦਾ, ਉਸ ਤੋਂ ਬਾਅਦ ਕੋਲ ਟੇਬਲ ਤੇ ਦੁੱਧ ਦਾ ਜੱਗ ਪੈਂਦਾ, ਦੁੱਧ 'ਚ ਹੋਰ ਗਲਾਸ ਦੁੱਧ ਪਾ ਕੇ ਉਹਨੂੰ ਗੜਾ 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 ਪੀ ਜਾਂਦੇ ਨੇ। ਉਸ ਤੋਂ ਬਾਅਦ ਕੀ ਹੁੰਦਾ ਇਹ ਤੂੰ ਮੈਨੂੰ ਦੱਸੇ, ਤੇ ਬਾਕੀ ਰਹਿ ਕੀ ਗਿਆ? ਬਾਕੀ ਤਾਂ ਸਿਰਫ ਜੈ ਬਕੂਆ ਹੀ ਰਹਿ ਗਈ ਹੈ। ਲੇਕਿਨ ਫਿਰ ਵੀ ਅਗਰ ਤੁਸੀਂ ਕਹਿੰਦੇ ਤੇ ਦੱਸ ਦਿੰਦੇ ਆ, ਕੁੜੀ ਮੁੰਡਾ ਸੇਜ ਤੇ ਬੈਠਣ ਦੇ ਦੁੱਧ ਪੀਂਦੇ ਨੇ। ਆ ਜਾਈ ਬਾਥਰੂਮ 'ਚ, ਨਾ ਪਾਣੀ ਹੋ ਨਾ ਸਾਬਣ। ਤੇਰੇ ਹੋਰ ਇਹੋ ਜਿਹੇ ਮੁੰਡੇ ਇਹ ਝੁੱਟ ਕੇ ਜਾਂਦੇ ਨੇ ਤੇ ਇਹ ਜਾਂਦੇ ਫਟਾਫਟ ਇੱਕ ਸੈਕਿੰਡ। ਦੋ ਮੀਆਂ ਬੀਵੀ ਨੂੰ ਆਪੋ ਤਾਪ ਪੈ ਜਾਂਦੀ ਹੈ, ਬਸ ਫਿਰ 20 ਮਿੰਟ ਬਾਅਦ ਆਪੋ ਇੱਧਰ ਪੈ ਜਾਂਦੀ ਹੈ, ਤਾਪ ਇੱਧਰ ਪੈ ਜਾਂਦੀ ਹੈ, ਫਿਰ ਲਾੜੇ ਨੂੰ ਆਪਣੀ ਪੈ ਜਾਂਦੀ ਹੈ। ਟੈਂਟ ਵਾਲਾ ਕਹਿੰਦਾ ਗਲਾਸ ਪੂਰੇ ਕਰਾ। Barcelona. Barcelona, oh. Yeah, I know that. Spanish. You like it? ਰੱਖਿਆ ਵੀ ਉਂਜੀ ਸੀ। ਇਸਨੇ ਮੇਰੇ ਪਾਸ ਰਖਵਾਇਆ ਵਾ, ਮਜ਼ਾ ਆਈ? ਹਲੇ ਮਿੱਠਾ ਘੱਟ ਪਾਇਆ। ਅੱਛਾ ਜੀ, ਚਲੋ ਵੀ ਜੇਬ ਚ ਆਤੰਕਵਾਦੀ ਆ ਗਈ। ਮੈਂ ਤਾਰਫ ਕਰਾ ਦਿਆਂ ਜੀ, ਇਹ ਮੇਰੇ ਵੱਡੇ ਭਾਈ ਨੇ, ਇਹ ਅੱਬਾ ਚੂ ਹੋਇਆ। ਹਾਂਜੀ ਮੈਂ ਅੰਮੀ ਚੂ ਤੇ ਇਹ ਕਿਸਮਤ ਪੂੜੀ ਚੂ। ਮੈਂ ਕਰਨੀ ਹੈ ਸ਼ਾਦੀ, ਔਰ ਮੈਂ ਕਰਨਾ ਹੈ ਮੁੰਡਾ ਸਿਲੈਕਟ ਤਾਰੇ ਤਿੰਨਾਂ ਚੋਂ। ਓਕੇ, ਤੇ ਇਹ ਬੜਾ ਅਹਿਮ ਮਸਲਾ ਹੈ ਜੀ, ਬੜਾ ਅਹਿਮ ਮਸਲਾ, ਜ਼ਿੰਦਗੀ ਦਾ ਮਸਲਾ। ਤਿੰਨ ਮੁੰਡੇ ਤੁਹਾਡੇ ਸਾਹਮਣੇ ਨੇ ਜੀ, ਤੇ ਮੁੰਡਾ ਤੁਸੀਂ ਠੋਕ ਵਜਾ ਕੇ ਚੈੱਕ ਕਰ ਲਓ ਜਿਹੜਾ ਖੜਨਾ ਹੈ। ਅੱਛਾ, ਮੈਂ ਮੇਰਾ ਤਾਂ ਪਤਾ ਨਹੀਂ, ਮੈਂ ਅੱਖਾਂ ਬੰਦ ਕਰਕੇ ਵੀ ਦੱਸ ਦਿਆਂਗੀ। ਅੱਛਾ ਜੀ, ਮੈਂ ਆਵਾਂ 2000 ਖਰਚ ਕੇ ਪਹਿਲੇ ਇੱਥੇ ਤੇ ਮਰ। ਲਓ ਜੀ, ਮੈਂ ਅੱਖਾਂ ਬੰਦ ਕਰਕੇ ਮੁੰਡਾ ਸਿਲੈਕਟ ਕਰਾਂਗੀ, ਠੀਕ ਹੈ? ਹਾਂ ਜੀ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ, ਸਿਲੈਕਟ ਕਰਨਾ ਹੈ ਤੇ ਇੱਥੋਂ ਕਰਵਾਉਣਾ। ਹੁਣ ਵੇਖੋ ਸਾਈ ਤੇ ਕੁਛ ਵੀ ਨਹੀਂ, ਇੱਧਰ ਤੇ ਰਿਜ਼ਾਈਨ ਨਿਕਲ, ਰਿਜ਼ਾਈਨ ਦੇਣਾ ਪੈਣਾ। ਮੇਰੀ ਗੱਲ ਸੁਣੋ, ਅਸੀਂ ਖੇਡ ਲਿਆ ਇੱਕ ਗੇਮ। ਅੱਛਾ ਜੀ, ਜਿਹਦੇ ਸਾਡੇ ਸਾਰਿਆਂ ਲਈ ਰਹੇਗੀ ਆਸਾਨੀ। ਠੀਕ ਹੈ, ਅਸੀਂ ਗਿਣਾਂਗੇ 1 ਤੋਂ ਲੈ ਕੇ 10 ਤੱਕ,
ਜਿਹਦੇ ਤੇ 10 ਆ ਜਾਏਗਾ ਮੈਂ ਉਹਦੀ ਓਕੇ ਡਨ 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 ਓਕੇ ਡਨ ਡਨ ਓਕੇ ਸਟਾਰਟ ਸਟਾਰਟ ਕਰੋ ਜੀ 1 2 3 4 5 6 7 8 9 10 ਆਹ ਓ 10 ਹੈ ਸਾਈਂ ਦਾ ਨਹੀਂ ਨਹੀਂ ਓ ਘਪਲਾ ਤੂੰ ਇੱਧਰ ਆ ਕੁਝ ਇਹਨਾਂ ਨੇ ਵਿੱਚ ਡੰਡੀ ਮਾਰੀ ਏ ਹੁਣ ਕਿਨੋ ਨਾ 1 2 3 4 5 6 7 8 9 10 ਆ ਅਸਾਈ 10 ਹੈ ਇੱਧਰ ਆ ਇਹ ਸਾਈ ਇਲੈਕਸ਼ਨ ਵੀ ਕੋਈ ਇਦਾਂ ਦਾ ਹੀ ਹੋਣੇ ਨਹੀਂ ਮੈਂ ਤਾਂ ਦੱਸਾਂ ਐ ਹੁਣ ਗਿਣੋ ਜੀ 1 2 3 4 5 6 7 8 9 10 ਲੈ ਹੁਣ 10 ਡਰ 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 ਮੈਂ 10 ਮੇਰੇ ਤੇ ਕਿਉਂ ਨਹੀਂ ਆ ਰਿਹਾ ਨਹੀਂ 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 ਮੈਂ ਦੁਬਾਰਾ ਕਿੰਨੀ ਦੁਬਾਰਾ 1 2 3 4 5 6 7 8 9 10 ਬਾਈ ਬਸ 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 ਇਸ ਤਰ੍ਹਾਂ ਨਹੀਂ ਮੈਂ ਆਪ ਕੀ ਨੰਗਾ ਚੱਲ ਤੂੰ ਗਿਣ ਲੈ ਹਾਂ ਜੀ 1 2 3 4 5 5 10 ਲੈ ਲੈ ਬੱਕ ਮਰੇ ਮਰੇ ਉਹ ਤੇਰਾ ਪਸਤਾ ਪਾਟਿਆ ਸਾਈ ਆਪਣੇ ਕੋਲੋਂ 10 ਨਹੀਂ ਜੀ ਫਾਈਨਲ ਫੈਸਲਾ ਕਰੋ ਕਰੋ ਜੀ ਫੈਸਲਾ ਕਰੋ ਜਨਾਬ ਫੈਸਲਾ ਆ ਮੈਂ ਫੈਸਲਾ ਕਰ ਲਿਆ ਕਿ ਮੇਰੇ ਲਈ ਐਚਓ ਹੀ ਹੋਈ ਠੀਕ ਲੋ ਆ ਫਾਈਨਲ ਕਿਉਂਕਿ ਮੈਨੂੰ ਇਹੋ ਜਿਹਾ ਬੰਦਾ ਚਾਹੀਦਾ ਜਿਹੜਾ ਮੈਨੂੰ ਪੁੱਛੇ ਨਾ ਕੌਣ ਆਇਆ ਕੌਣ ਗਿਆ ਕਰ ਲੋ ਵਿਆਹ ਕੋਈ ਗੱਲ ਨਹੀਂ ਤੁਹਾਨੂੰ ਪਤਾ ਨਹੀਂ ਐਨ ਮੌਕੇ ਤੇ ਇਹਦੀ ਨਾਰ ਤੇ ਨਾਰ ਚੜ ਜਾਂਦੀ ਹੈ ਇਹ ਬਕਵਾਸ ਕਰ ਰਿਹਾ ਹੈ ਪਰਸੋਂ ਮੈਂ ਨਾ ਗੱਡੀ ਤੇ ਜਾ ਰਿਹਾ ਸੀ ਆ ਚੱਲ ਗੱਡੀ ਤੇ ਜਾ ਰਿਹਾ ਸੀ ਇਨਸਾਨ ਦਾ ਪਤਾ ਨਹੀਂ ਜੀ ਨਾਰ ਦੇ ਨਾਰ ਚੜੀ ਗੱਡੀ ਤੋਂ ਉਤਰ ਕੇ ਮਾਲ ਤੇ ਕਰ ਰਿਹਾ ਸੀ ਯਾ ਅੱਲਾ ਕਰਮ ਤੁਸੀਂ ਵੀ ਸਭ ਨੇ ਖਾਧਾ ਤੁਸੀਂ ਰਹਿ ਗਏ ਸੀ ਉਹ ਫਿਟੇ ਮੋਏ ਕੱਛੇ ਦੀ ਲੇਵੀ ਬਣਾਉਂਦਾ ਰਿਹਾ